ਨਵਜੋਤ ਸਿੰਘ ਸਿੱਧੂ ਦੇ ਕਾਂਗਰਸੀ ਗਤੀਵਿਧੀਆਂ ਦੇ ਹਿੱਸਾ ਨਾਲ ਲੈਣ ਦੇ ਰਾਜਾ ਵੜਿੰਗ ਦਾ ਇੱਕ ਬਿਆਨ ਸਾਹਮਣੇ ਆਇਆ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਵਾਲ ਇਸ ਕਰਕੇ ਉੱਠਦਾ ਕਿ ਸੱਦਾ ਪੱਤਰ ਉਹਨੇ ਦੇਣਾ ਕਿਉਂ ਕਿ ਇਸ ਵੇਲੇ ਉਹ ਪ੍ਰਧਾਨ ਜਿਹੜਾ ਪਰਸੋ ਉਹ ਪਟਿਆਲੇ ਦੇ ਵਿੱਚ ਆਇਆ ਉਹਦੇ ਘਰ ਤੇ ਅੱਧਾ ਕਿਲੋਮੀਟਰ ਦੂਰੋਂ ਘਰ ਤੱਕ ਨਾ ਜਾਣਾ ਬਿਨਾ ਕਹੇ ਆਪਣੇ ਆਪ ਸਵਾਲ ਪੈਦਾ ਕਰਦਾ ਨਵਜੋਤ ਸਿੱਧੂ ਦੀ ਭੂਮਿਕਾ ਵੀ ਸਾਹਮਣੇ ਹੈ ਉਹ ਪਹਿਲਾ ਪ੍ਰਧਾਨ ਬਣ ਕੇ ਤੇ ਛੇਤੀ ਤੋਂ ਛੇਤੀ ਮੁੱਖ ਮੰਤਰੀ ਬਣਨ ਦਾ ਚਾਹਵਾਨ ਸੀ ਜਦੋਂ ਸੁਖਜਿੰਦਰ ਸਿੰਘ ਰੰਧਾਵੇ ਤੇ ਇਕੱਠਾ ਹੋਇਆ ਵੀ ਇਹਨਾਂ ਨੂੰ ਬਣਾ ਦਿਓ ਉਦੋਂ ਲੱਤੇ ਨੇ ਫਸਾਤੀ ਵਿੱਚ ਇਹ ਇਸੇ ਤਰ੍ਹਾਂ ਤੁਰਨ ਫਿਰਨਗੇ ਤੇ ਫਿਰ ਇਹ ਸਤਾ ਦੇ ਜਿਹੜੇ ਰੋਂਦੇ ਘੂੜੀ ਚੜ੍ਹਦੇ ਹੁੰਦੇ ਆ ਉਹ ਕਦੇ ਡੋਲੇ ਵਿਆ ਕੇ ਨਹੀਂ ਮੁੜਦੇ ਕਿ ਜੋ ਕੁਝ ਨਵਜੋਤ ਸਿੱਧੂ ਨੇ ਕਿਹਾ ਉਹ ਉਹਨਾਂ ਨੇ ਪੂਰਾ ਕਰਤਾ ਜੇ ਇਹ ਉਦੋਂ ਮੁੱਖ ਮੰਤਰੀ ਕਹਿ ਦਿੰਦੇ ਹੋ ਸਕਦਾ ਜੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਇਹਨੂੰ ਮੁੱਖ ਮੰਤਰੀ ਬਣਾ ਦਿੰਦੇ ਅੱਜ ਵੀ ਜੇ ਇਹ ਇਸੇ ਤਰ੍ਹਾਂ ਦਾ ਰੋਲ ਅਦਾ ਕਰਨਗੇ ਭੂਮਿਕਾ ਅਦਾ ਕਰਨਗੇ ਤੇ ਜਲੰਧਰ ਦੀ ਚੋਣ ਦਾ ਨਤੀਜਾ ਆਪਣੇ ਆਪ ਕੱਢ ਲਿਓ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਲਾਂਪਟ ਢੱਲੋ ਸਾਹਿਬ ਉਮੀਦਵਾਰ ਕਹਦਾ ਜੀ ਦੂਜਾ ਤੋਂ ਲਿਆਂਦਾ ਹੈ ਜੀ ਇੱਕ ਪਾਸੇ ਕਹਿੰਦੇ ਆ ਕਾਂਗਰਸੀਆਂ ਨੇ ਗੰਦ ਬਹੁਤ ਪਾਇਆ ਕਾਂਗਰਸੀ ਆਹ ਹੈ ਭ੍ਰਿਸ਼ਟਾਚਾਰੀ ਨੇ ਤੇ ਵੀਦবার ਫੇਰ ਉੱਥੋਂ ਫੜਫੜ ਕੇ ਲਿਆ ਆ ਔਰ ਆਮ ਆਦਮੀ ਪਾਰਟੀ ਦੇ ਵਿੱਚ ਇਹ ਧੁਲਕੂ ਹੈ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਬਦਲਾਅ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੂੰ ਲਿਆ ਕੇ ਬਦਲਾਅ ਲਿਆਉਣ ਦਾ ਸਾਰਾ ਕੁਝ ਕੀਤਾ ਗਿਆ ਸੀ ਤੇ ਜੇ ਉਹਨਾਂ ਨੂੰ ਫੜ ਫੜ ਕੇ ਲਿਆਉਣਾ ਹੈ ਇਹ ਕਿਹੜਾ ਬਦਲਾਅ ਹੈ ਪਰਮਦਰ ਸਿੰਘ ਢੀਟਸਾ ਵੱਲੋਂ ਵੀ ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਤੇ ਆਪ ਨੂੰ ਘੇੜ ਦੇ ਨਜ਼ਰ ਆਇਆ ਉਹਨਾਂ ਦਾ ਕਹਿਣਾ ਕਿ ਸੂਬੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਹ ਕਹਿੰਦੇ ਆਮ ਆਦਮੀ ਪਾਰਟੀ ਬਹੁਤ ਆਇਮ ਹੈ। ਜਲੰਧਰ ਦੀ ਚੋਣ ਇਹਨਾਂ ਦਾ ਦੂਜਾ ਇਮਤਿਹਾਨ ਹੈ ਪਹਿਲੇ ਚ ਤਾਂ ਇਹ ਫੇਲ ਹੋ ਗਏ ਸੀ ਸਰਕਾਰ ਬਣਨ ਤੋਂ ਬਾਅਦ। ਭਾਜਪਾ ਬਾਰੇ ਉਹਨਾਂ ਨੇ ਕਿਹਾ ਭਾਜਪਾ ਨੇ ਵੀ ਆਪਣੇ ਆਪ ਨੂੰ ਜਲੰਧਰ ਚੋਣਾ ਵਿੱਚ ਜਿਸ ਤਰ੍ਹਾਂ ਦਾ ਕੀਤਾ ਉਹ ਸਭ ਦੇ ਸਾਹਮਣੇ ਹੈ। ਸਿੰਡਾ ਦੇ ਇੱਕ ਹਸਪਤਾਲ ਦੇ ਵਿੱਚ ਝਗੜਾ ਹੋਇਆ ਢਿੱਲੋ ਸਾਹਿਬ ਤੇ ਕਰਮਚਾਰੀਆਂ ਵੱਲੋਂ ਹਸਪਤਾਲ ਨੂੰ ਤਾਲਾ ਲਗਾ ਦਿੱਤਾ ਗਿਆ। ਇਹਦਾ ਕਾਰਨ ਇਹ ਹੈ ਕਿ ਉੱਥੇ ਕੋਈ ਮਰੀਜ਼ ਆਇਆ ਸੀ ਔਰ ਇਸ ਵੇਲੇ ਉਹਦਾ ਕਿਸੇ ਡਾਕਟਰ ਦੇ ਨਾਲ ਲੜਾਈ ਹੋ ਗਈ ਜੀ 6 ਵਜੇ ਪੁਲਿਸ ਕੋਲ ਸ਼ਿਕਾਇਤ ਕੀਤੀ ਉਹਨਾਂ ਨੇ ਉਲਟਾ ਡਾਕਟਰ ਤੇ ਹੀ ਪਰਚਾ ਦਰਜ ਕਰ ਦਿੱਤਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਨੌਜੋਤ ਸਿੰਘ ਸਿੱਧੂ ਦੇ ਕਾਂਗਰਸੀ ਗਤੀਵਿਧੀਆਂ ਦੇ ਹਿੱਸਾ ਨਾ ਲੈਣ ਦੇ ਰਾਜਾ ਬੜਿੰਗ ਦਾ ਇੱਕ ਬਿਆਨ ਸਾਹਮਣੇ ਆਇਆ ਜੀ ਦੇਖੋ ਰਾਜਾ ਬੜਿੰਗ ਜੋ ਮਰਜ਼ੀ ਬਿਆ ਇਹ ਗੱਲ जगਜਾਹਰ ਹੈ ਕਿ ਰਾਜਾ ਬੜਿੰਗ ਦਾ ਤੇ ਨਵਜੋਤ ਸਿੰਘ ਸਿੱਧੂ ਦਾ ਰਾਜਾ ਬੜਿੰਗ ਨੂੰ ਇਹ ਲੱਗਦਾ ਵੀ ਕਿਤੇ ਹਾਈ ਕਮਾਂਡ ਵਾਲੇ ਦੁਆਰਾ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਾ ਬਣਾ ਦੇਣ ਉਹ ਜੇਲ੍ਹ ਤੋਂ ਰਿਹਾ ਹੋਇਆ ਬਹੁਤ ਸਾਰਿਆਂ ਨੇ ਉੱਥੇ ਕਾਫੀ ਲੋਕ ਗਏ ਵੀ ਕੁਝ ਆਗੂ ਪਹਿਲਾਂ ਵੀ ਮਿਲ ਗਏ ਸੀ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਸਵਾਲ ਇਸ ਕਰਕੇ ਉੱਠਦਾ ਕਿ ਸੱਦਾ ਪੱਤਰ ਉਹਨੇ ਦੇਣਾ ਕਿਉਂਕਿ ਇਸ ਵੇਲੇ ਉਹ ਪ੍ਰਧਾਨ ਹੈ ਜੀ ਜਿਹੜਾ ਪਰਸੋਂ ਉਹ ਪਟਿਆਲੇ ਦੇ ਵਿੱਚ ਆਇਆ ਉਹਦੇ ਘਰ ਤੇ ਅੱਧਾ ਕਿਲੋਮੀਟਰ ਦੂਰੋਂ ਘਰ ਤੱਕ ਨਾ ਜਾਣਾ ਬਿਨਾਂ ਕਹੇ ਆਪਣੇ ਆਪ ਸਵਾਲ ਪੈਦਾ ਕਰਦਾ ਹੈ ਕੱਲ ਉਹ ਸੰਵਿਧਾਨ ਬਚਾਓ ਯਾਤਰਾ ਲੈ ਕੇ ਲੁਧਿਆਣੇ ਗਿਆ ਸੀ ਉੱਥੇ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਉਹਦਾ ਉਹਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਹੂੰ ਚੰਗਾ ਤਾਂ ਇਹ ਹੈ ਕਿ ਕਾਂਗਰਸ ਨੇ ਜੋ ਘੜਮਸ ਇਹ ਬਾਈ ਦੀਆਂ ਚੋਣਾਂ ਤੋਂ ਪਹਿਲਾਂ ਪਾਇਆ ਜੇ ਇਹ ਤਮੱਛੜ ਪਾਉਣ ਦੀ ਥਾਂ ਤੇ ਸਿਰ ਜੋੜ ਕੇ ਬੈਂਦੇ ਜੀ ਮੈਂ ਨਹੀਂ ਕਹਿੰਦਾ ਕਿ ਉਹਦੀ ਕਿਹੜੇ ਦੀ ਭੂਮਿਕਾ ਕੀ ਸੀ ਦੁਨੀਆ ਜਾਣਦੀ ਹੈ ਕਿ ਕਿਹੜੇ ਦੀ ਭੂਮਿਕਾ ਕੀ ਰਹੀ ਉਹਦੇ ਵਿੱਚ ਨਵਜੋਤ ਸਿੱਧੂ ਦੀ ਭੂਮਿਕਾ ਵੀ ਸਾਹਮਣੇ ਹੈ ਉਹ ਪਹਿਲਾਂ ਪ੍ਰਧਾਨ ਬਣ ਕੇ ਤੇ ਛੇਤੀ ਤੋਂ ਛੇਤੀ ਮੁੱਖ ਮੰਤਰੀ ਬਣਨ ਦਾ ਚਾਹਵਾਨ ਸੀ ਜਦੋਂ ਸੁਖਜਿੰਦਰ ਸਿੰਘ ਰੰਧਾਵੇ ਤੇ ਇਕੱਠਾ ਹੋਇਆ ਵੀ ਇਹਨਾਂ ਨੂੰ ਬਣਾ ਦਿਓ ਉਹਦੋਂ ਲਾਤੇ ਨੇ ਫਸਾਤੀ ਵਿੱਚ ਜੀ ਮੈਂ ਕਈ ਵਾਰ ਕਹਿ ਚੁੱਕਿਆ ਬਲਰਾਮ ਜਾਖੜ ਦਾ ਕਾਂਗਰਸ ਦੇ ਵਿੱਚੋਂ ਬਾਹਰ ਜਾਣਾ ਕਾਂਗਰਸ ਦੇ ਪਤਨ ਦਾ ਕਾਰਨ ਬਣਿਆ ਇਹ ਸਾਰੇ ਹੀ ਮੁੱਖ ਮੰਤਰੀ ਬਣ ਬੈਠੇ ਜਦੋਂ ਕਿ ਇਹਨਾਂ ਦੇ 78 ਦੇ ਕਰੀਬ ਵਿਧਾਇਕਾ ਦੇ ਵਿੱਚੋਂ 50% ਵਿਧਾਇਕਾਂ ਨੇ ਵੋਟ ਜਾਖੜ ਦੇ ਹੱਕ 'ਚ ਪਾਈ ਸੀ ਆਰ ਨਵਜੋਤ ਸਿੰਘ ਸਿੱਧੂ ਨੂੰ ਕਿੰਨੀਆਂ ਵੋਟਾਂ ਮਿਲੀਆਂ ਸਾਡੇ ਸਾਰਿਆਂ ਦੇ ਸਾਹਮਣੇ ਐ ਜੀ ਇਸੇ ਤਰ੍ਹਾਂ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਬੀਬੀ ਪ੍ਰਨੀਤ ਕੌਰ ਤੇ ਨਵਜੋਤ ਸਿੰਘ ਸਿੱਧੂ ਜਿੱਦਣ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਸੀ 65 ਦੇ ਕਰੀਬ ਵਿਧਾਇਕਾਂ ਨੇ ਉਹਦੇ ਪਿੱਛੇ ਲਾਈਨ ਬਣ ਕੇ ਤੁਰੇ ਸੀ ਜਦੋਂ ਤੁਸੀਂ ਲੀਡਰ ਬਣਦੇ ਹੋ ਤਾਂ ਤੁਸੀਂ ਲੀਡਰ ਵਾਂਗ ਉਹ ਚੀਜ਼ ਨੂੰ ਚਲਾਉਣਾ ਵੀ ਹੁੰਦਾ ਹੈ ਜਿੱਦਣ ਇਹਨੇ ਅਹੁਦਾ ਸੰਭਾਲਿਆ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਉਣਾ ਨਹੀਂ ਚਾਹੁੰਦੇ ਸੀ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਲਿਆ ਗਿਆ ਉਹ ਆ ਗਏ ਦੋਨਾਂ ਦੇ ਭਾਸ਼ਣ ਤੋਂ ਅੰਦਾਜ਼ਾ ਲਾ ਲਓ ਜਿਹੜਾ ਭਾਸ਼ਣ ਉੱਥੇ ਸਿੱਧੂ ਨੇ ਦਿੱਤਾ ਰਾਜਨੀਤੀ ਦੇ ਵਿੱਚ ਤੁਹਾਡੇ ਲੱਖ ਮਤਭੇਦ ਹੋਣ ਪਰ ਸਮੇਂ ਦੇ ਮੁਤਾਬਕ ਢਲਣਾ ਪੈਂਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਬਾਰੇ ਕੁਝ ਕਿਹਾ ਕਿ ਇਹਨਾਂ ਦੇ ਪਿਤਾ ਦੇ ਸਾਡੇ ਪਰਿਵਾਰ ਨਾਲ ਬਹੁਤ ਰਿਲੇਸ਼ਨ ਸੀ ਸਬੰਧ ਸੀ ਇਹਨੇ ਨਾਂ ਵੀ ਨਹੀਂ ਲਿਆ ਸੀ ਹਮ ਸਭ ਕਹਤਾ ਕੱਲਾ ਔਰ ਸਾਰਿਆਂ ਨੂੰ ਪਤਾ ਕਿ ਪੰਜਾਬ ਭਵਨ ਦੇ ਵਿੱਚ ਉੱਠ ਕੇ ਤੁਰਿਆ ਆਇਆ ਸੀ ਤੇ ਬਾਅਦ ਦੇ ਵਿੱਚ ਬੀਬੀ ਪ੍ਰਿੰਕਾ ਗਾਂਧੀ ਨੇ ਇਹਨੂੰ ਦੁਬਾਰਾ ਘੱਲਿਆ ਕਿ ਤੂੰ ਉੱਥੇ ਜਾ ਪਤਾ ਤਾਂ ਉਦੋਂ ਹੀ ਲੱਗ ਗਿਆ ਸੀ ਕਿ ਖਖੜੀਆਂ ਕਰੇਲੇ ਹੋਇਆ ਪਰਿਵਾਰ ਇਹ ਕਿਹੜਾ ਗੁੱਲ ਖਲਾਊਗਾ ਔਰ ਭਾਵੇਂ ਤੁਹਾਡਾ ਲੱਖ ਹੋਵੇ ਪਰ ਉਮਰ ਦਾ ਤਕਾਜ਼ਾ ਦੇਖਣਾ ਚਾਹੀਦਾ ਅਮਰਿੰਦਰ ਸਿੰਘ ਰਾਜਾ ਬਣ ਕੇ ਇਸ ਵੇਲੇ ਪ੍ਰਧਾਨ ਹੈ ਬੜਪਣ ਨੂੰ ਦਿਖਾਉਣਾ ਚਾਹੀਦਾ ਸੀ ਹੁਣ ਕਹਿੰਦੇ ਜੀ ਅੰਮ੍ਰਿਤਸਰ ਵਾਸਤੇ ਉਹਨੂੰ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ ਜੇ ਪਾਟਿਆ ਤਾਂ ਇਹ ਇਸੇ ਤਰ੍ਹਾਂ ਤੁਰਨ ਫਿਰਨਗੇ ਤੇ ਫਿਰ ਇਹ ਸਤਾ ਦੇ ਜਿਹੜੇ ਰੋਂਦੇ ਘੂੜੀ ਚੜਦੇ ਹੁੰਦੇ ਆ ਉਹ ਕਦੇ ਡੋਲੇ ਬਿਆ ਕੇ ਨਹੀਂ ਮੁੜਦੇ ਜੀ ਇਹਦਾ ਮਤਲਬ ਇਹ ਕਾਂਗਰਸੀਆਂ ਨੇ ਕੋਈ ਸਬਕ ਨਹੀਂ ਸਿੱਖਿਆ ਆ ਜਿਹੜੀ ਵਿਧਾਨ ਸਭਾ ਦੀ ਚੋਣ 2022 ਦੀ ਲੰਘ ਕੇ ਗਈ ਹੈ ਪਤਾ ਆਮ ਚਰਚਾ ਹੈ ਕਿ ਜੋ ਕੁਝ ਨਵਜੋਤ ਸਿੱਧੂ ਨੇ ਕਿਹਾ ਉਹ ਉਹਨਾਂ ਨੇ ਪੂਰਾ ਕਰਤਾ ਜੇ ਇਹ ਉਦੋਂ ਮੁੱਖ ਮੰਤਰੀ ਕਹਿ ਦਿੰਦੇ ਹੋ ਸਕਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਇਹਨੂੰ ਮੁੱਖ ਮੰਤਰੀ ਬਣਾ ਦਿੰਦੇ ਸਨੀਲਕ ਜਾਖੜ ਨੂੰ ਨਾ ਬਦਲਿਆ ਜਾਂਦਾ ਇਹਨਾਂ ਦੇ ਨਤੀਜੇ ਹੋਰ ਹੋਣੇ ਸੀ ਇਹ ਤਾਂ ਹਰ ਮਾਮਲੇ ਦੇ ਵਿੱਚ ਲਤਪ ਇੱਕ ਦੂਜੇ ਦੀਆਂ ਖਿੱਚਣ ਲੱਗ ਗਏ ਐਡਵੋਕੇਟ ਜਰਨ ਲਾ ਨਹੀਂ ਚੱਲਣਦੇ ਨਾ ਪਹਿਲਾਂ ਜਦੋਂ ਚੰਨੀ ਬਣਿਆ ਸੀ ਉਦੋਂ ਇੰਨੇ ਗੋਗੇ ਗਾਏ ਉਹਦੇ ਚੰਨੀ ਬਾਈ ਇੱਧਰ ਆ ਚੰਨੀ ਬਾਈ ਤਾਹਾਂ ਚੜ ਚੰਨੀ ਬਾਈ ਨੀਚੇ ਜਾ ਜੀ ਚਾਹ ਵੀ ਇਕੱਠੇ ਪੀਂਦੇ ਸੀ ਦਰਬਾਰ ਸਾਹਿਬ ਜਾ ਕੇ ਪਾਲਕੀ ਸਾਹਿਬ ਨੂੰ ਮੋਢਾ ਵੀ ਇਕੱਠਿਆਂ ਨਹੀਂ ਦਿੱਤਾ ਜੀ ਇਹ ਉਦੋਂ ਪਾਟੇ ਸੀ ਅੱਜ ਵੀ ਜੇ ਇਹ ਇਸੇ ਤਰ੍ਹਾਂ ਦਾ ਰੋਲ ਅਦਾ ਕਰਨਗੇ ਭੂਮਿਕਾ ਅਦਾ ਕਰਨਗੇ ਤੇ ਜਲੰਧਰ ਦੀ ਚੋਣ ਦਾ ਨਤੀਜਾ ਆਪਣੇ ਆਪ ਕੱਢ ਲਿਓ ਇਹਨਾਂ ਨੂੰ ਸਵਿਰਦਾਤਾ ਦਿਖਾਉਣੀ ਪਊਗੀ ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੇ ਸੁਭਾਅ 'ਚ ਤਬਦੀਲੀ ਕਰਨੀ ਪਵੇਗੀ ਲੀਡਰ ਉਹੀ ਹੁੰਦਾ ਜਿਹੜਾ ਬਾਕੀਆਂ ਨੂੰ ਨਾਲ ਲੈ ਕੇ ਚੱਲੇ ਇਹ ਨਹੀਂ ਹੈ ਕਿ ਲੀਡਰ ਮੂਰੇ ਮੂਰੇ ਜੇ ਇੰਜਨ ਰੇਲ ਨਾਲੋਂ ਟੁੱਟ ਜਾਵੇ ਤੇ ਮੂਰੇ ਮੂਰੇ ਤੁਰਿਆ ਜਾਵੇ ਪਿੱਛੇ ਆਉਂਦੇ ਡੱਬੇ ਅਖੀਰ ਕਿਸ ਨਾ ਕਿਸੇ ਥਾਂ ਤੇ ਜਾ ਕੇ ਖੜ੍ਹ ਜਾਣਗੇ ਜੀ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜਾ ਉਹ ਕਹਿੰਦੇ ਸਹੀ ਜਵਾਬ ਨਹੀਂ ਦਿੰਦਾ ਚੰਗਾ ਹੁੰਦਾ ਜੇ ਅਮਰਿੰਦਰ ਸਿੰਘ ਵੜਿੰਗ ਰਾਜਾ ਵੜਿੰਗ ਜੇ ਪਟਿਆਲੇ ਆਇਆ ਸੀ ਉਹ ਨਵਜੋਤ ਸਿੰਘ ਦੇ ਘਰ ਜਾ ਵੜਦਾ ਘਰੇ ਗਿਆ ਦੇ ਸੌ ਗਿਲੇ ਸ਼ਿਕਵੇ ਆ ਜਿਹੜੇ ਉਹ ਦੂਰ ਹੋ ਜਾਂਦੇ ਜੀ ਦੂਜੇ ਪਾਸੇ ਜਲੰਧਰ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਲਾਂਦਾ ਢਿੱਲੋ ਸਾਹਿਬ ਉਮੀਦਵਾਰ ਕਹਦਾ ਜੀ ਦੂਜਾ ਤੋਂ ਲਿਆਂਦਾ ਹੈ ਜੀ ਇੱਕ ਪਾਸੇ ਕਹਿੰਦੇ ਆ ਕਾਂਗਰਸੀਆਂ ਨੇ ਗੰਦ ਬਹੁਤ ਪਾਇਆ ਕਾਂਗਰਸੀ ਆ ਆ ਭ੍ਰਿਸ਼ਟਾਚਾਰੀ ਨੇ ਤੇ 20 ਵਾਰ ਫੇਰ ਉੱਥੋਂ ਫੜਫੜ ਕੇ ਲਿਆ ਰਹੇ ਨੇ ਜੀ ਪਹਿਲਾਂ ਕਈਆਂ ਤੇ ਡੋਰੇ ਪਾਏ ਇਹਨਾਂ ਨੇ ਉੱਥੇ ਉਹ ਸਿਰੇ ਨਾਲ ਚੜ੍ਹਿਆ ਜਦੋਂ ਕੱਲ੍ਹ ਇਹਨੂੰ ਸ਼ਸ਼ੀਲ ਰਿੰਕੂ ਨੂੰ ਆਪਣੀ ਪਾਰਟੀ ਚ ਜੁਆਇਨ ਕਰਾਇਆ ਹੈ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਇਹਨੂੰ ਹੁਣ ਉਮੀਦਵਾਰ ਐਲਾਨਣਗੇ ਜਿਹੜਾ ਉਹ ਸ਼ੀਤਲੰਗਰਾਲ ਹੈ ਉਹਦਾ ਇਸੇ ਨੂੰ ਹਰਾ ਕਿਉਂ ਜਿੱਤਿਆ ਸੀ ਉਹਨੂੰ ਆਪਣਾ ਪਾਲਾ ਖਾਣ ਲੱਗ ਪਿਆ ਉੱਥੇ ਜਲੰਧਰ ਦੇ ਵਿੱਚ ਐਸ ਵੇਲੇ ਸਭ ਅੱਛਾ ਨਹੀਂ ਜੀ ਔਰ ਲਗਾਤਾਰ ਹੋ ਇੱਕ ਦੂਜੇ ਦੇ ਉਲਟ ਚੱਲ ਰਹੇ ਨੇ ਔਰ ਆਮ ਆਦਮੀ ਪਾਰਟੀ ਦੇ ਵਿੱਚ ਇਹ ਤੁੜਕੂ ਹੈ ਕਿ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਬਦਲਾ ਲ ਕਾਂਗਰਸ ਅਕਾਲੀ ਦਲ ਤੇ ਭਾਜਪਾ ਨੂੰ ਲਿਆ ਕੇ ਬਦਲਾ ਲਿਆਉਣ ਦਾ ਸਾਰਾ ਕੁਝ ਕੀਤਾ ਗਿਆ ਸੀ ਤੇ ਜੇ ਉਹਨਾਂ ਨੂੰ ਹੀ ਫੜ ਫੜ ਕੇ ਲਿਆਉਣਾ ਹੈ ਇਹ ਕਿਹੜਾ ਬਦਲਾ ਆ ਲੋਕ ਸਵਾਲ ਚੱਕਣਗੇ ਨਤੀਜਾ ਕੀ ਆਉਂਦਾ ਪਤਾ ਨਹੀਂ ਪਰ ਤੁਸੀਂ ਹੁੰਦਾ ਸਾਲ ਤੋਂ ਉੱਪਰ ਹੋ ਗਿਆ ਸਰਕਾਰ ਨੂੰ ਤੁਹਾਡੀ ਨੂੰ ਔਰ ਇੱਕ ਸਾਲ ਦੇ ਵਿੱਚ ਕੋਈ ਬੰਦਾ ਆਪਣਾ ਨਹੀਂ ਤਿਆਰ ਹੋ ਸਕਿਆ ਜਾਂ ਆਪਣੇ ਆਪ ਤੇ ਏਡਾ ਭਰੋਸਾ ਹੀ ਨਹੀਂ ਸੋ ਦੇਖਦੇ ਹਾਂ ਅਜੇ ਭਾ ਪਾਦਾ ਵੀ ਆਉਣਾ ਹੈ ਉਹਨਾਂ ਨੇ ਇੱਕ डीसीपी रजेंद्र सिंह ਹੋਰਾਂ ਨੂੰ ਜੁਆਇਨ ਕਰਾਇਆ ਉਸ ਏਰੀਆ ਚੋ ਕਾਫੀ ਰਹੇ ਨੇ ਉਹਨਾਂ ਤੇ ਹੈ ਅਕਾਲੀ ਦਲ ਨੇ ਆਪ ਦਾ ਦੂਜਿਆਂ ਦੇ ਸਰ ਤੇ ਭਰਨਤਾ ਕਿ ਬਹੁਜਨ ਸਮਾਜ پارٹی ਦਾ ਉਮੀਦਵਾਰ ਦੇ ਨੇ ਜਿੱਤ ਕੇ ਤਾਂ ਅਸੀਂ ਜਿਤਾਇਆ ਹੈ ਰਹਿ ਗਏ ਅਸੀਂ ਤਾਂ ਭਾਈ ਤੁਹਾਨੂੰ ਮੌਕਾ ਦਿੱਤਾ ਸੀ ਤੁਸੀਂ ਨਹੀਂ ਜਿੱਤ ਸਕੇ ਜੀ ਜੀ ਲੋਂਗੋਵਾਲ ਸਾਹਾ ਦਾ ਬਿਆਨ ਸਾਹਮਣੇ ਆਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ 1980 ਵਰਗਾ ਮਾਹੌਲ ਸਿਰਜਰੇ ਨੇ ਜੀ ਦੇਖੋ ਜਿਹੜਾ ਸਾਹ ਪ੍ਰਵਿੰਦਰ ਸਿੰਘ ਢੀਂਡਸਾ ਸ਼ਰੂਨੀ ਅਕਾਲੀ ਦਲ ਸੰਯੁਕਤ ਦੇ ਆਗੂ ਨੇ ਜੀ ਉਹ ਬੀਏ ਸਬੰਧ ਦੇ ਵਿੱਚ ਕੋਈ ਕੁਝ ਬੋਲ ਰਹੇ ਆ ਜੀ ਜਿਹੜੇ ਇਹ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਉਹ ਸਾਫਕਾ ਪ੍ਰਧਾਨ ਨੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਅਰਜੰਦਰ ਸਿੰਘ ਬਿੱਟੂ ਨੂੰ ਲਹਿਰਾ ਗਾਗਾ ਗੁਰੂ ਘਰ ਦਾ ਰਸੀਵਰ ਨਿਯੁਕਤ ਕੀਤਾ ਉਹ ਕਹਿੰਦੇ ਇਸ ਵळे ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਇੱਕ ਵਾਰੀ ਫੇਰ ਪੰਜਾਬ 40 ਸਾਲ ਪਿੱਛੇ 42 ਸਾਲ 1980 ਚ ਪਹੁੰਚ ਗਿਆ ਲੋਗਵਾਲ ਸਾਹਿਬ ਇਹ ਦਹਾਦਿਆਂ ਕੋ 1980 ਵਾਲੇ ਹਾਲਾਤ ਪੈਦਾ ਕਿਵੇਂ ਹੋਏ ਸੀ 1978 ਦੇ ਮੁੱਖ ਮੰਤਰੀ ਕੌਣ ਸੀ ਜਦੋਂ ਨਰੰਗ ਕਾਰਗਾਂ ਨੇ ਸਾਡੇ 13 ਸਿੰਘ ਛੀਦ ਕਰ ਦਿੱਤੇ ਸੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਉਸ ਵੇਲੇ ਦਾ ਮੁੱਖ ਮੰਤਰੀ ਖੁਦ ਸਰਕਟ ਹਾਊਸ ਦੇ ਵਿੱਚ ਬੈਠਾ ਸੀ ਉਹਨਾਂ ਨੂੰ ਪੁਰਾਣਾ ਤੇ 100 ਰੁਪਏ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਪੁਰਾਣੀ ਉਹ ਕਹਿੰਦੇ ਇਸ਼ਤਿਹਾਰ ਬਾਜ਼ੀਆਂ ਤੇ 700 ਕਰੋੜ ਰੁਪਈਆ ਸਿਹਤ ਸਹੂਲਤਾ ਸਿੱਖਿਆ ਸਹੂਲਤਾ ਦਾ ਇੱਥੇ ਬੁਰਾ ਹਾਲ ਹੈ ਡਿਸਪੈਂਸਰੀਆਂ ਤੇ ਆਪਣੀਆਂ ਫੋਟੋਆਂ ਲਾ ਕੇ ਸ਼ਹੀਦਾਂ ਦੀਆਂ ਉਤਾਰੀਆਂ ਜਾ ਰਹੀਆਂ ਨੇ ਜੀ ਲੋਕਤੰਤਰ ਨਾਲ ਪੰਗਾ ਲਿਆ ਜਾ ਰਿਹਾ ਹੈ ਔਰ ਅੱਜ ਹਾਲਾਤ ਜਿਸ ਪਾਸੇ ਵੱਲ ਨੂੰ ਚੱਲੇ ਨੇ ਇਹ ਹਾਲਾਤ ਪੰਜਾਬ ਦੇ ਅਨੁਕੂਲ ਨਹੀਂ ਪੰਜਾਬ ਤੋਂ ਉਲਟ ਦਿਸ਼ਾ ਦੇ ਵਿੱਚ ਜਾ ਰਹੇ ਨੇ ਤੇ ਸਰਕਾਰ ਹੋਰਾਂ ਕੰਮਾਂ ਦੀ ਤੁਰੇ ਫਿਰਦੀ ਹੈ ਕਦੇ ਯੋਗਾ ਕਰਾ ਲਿਆ ਕਦੇ ਉਹ ਕਰਾ ਲਿਆ ਸਰਕਾਰ ਨੂੰ ਕੁਝ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਅਮਨ ਕਾਨੂੰਨ ਕਿਉਂ ਵਿਗੜ ਰਿਹਾ ਹੈ ਇਹਦੇ ਤੇ ਮੈਂ ਸਮਝਦਾ ਵੱਡੀ ਪੱਦਰ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਜੀ ਪਰ ਮਨਦਰ ਸਿੰਘ ਢੀਡਸਾ ਵੱਲੋਂ ਵੀ ਜਲੰਧਰ ਜਿਮਨੀ ਚੋਣਾ ਉਨ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਤੇ ਆਪ ਨੂੰ ਘੇੜ ਦੇ ਨਜ਼ਰ ਆਏ ਨੇ ਜੀ ਦੇਖੋ ਜਿਹੜਾ ਗੁਰਮਿੰਦਰ ਸਿੰਘ ਟੀਟਸਾ ਨੇ ਪਹਿਲੇ ਕਹਿ ਕੇ ਟਿਆ ਕਿ ਸ਼੍ਰੋਮਣੀ ਅਕਾਲੀ ਦਲ ਜੀ ਸੰਯੁਕਤ ਦੇ ਉਹ ਅਗੂ ਨੇ ਉਹਨਾਂ ਦਾ ਕਹਿਣਾ ਕਿ ਸੂਬੇ ਵਿੱਚ ਕੋਈ ਬਦਲਾਅ ਨਹੀਂ ਆਇਆ ਉਹ ਕਹਿੰਦੇ ਆਮ ਆਦਮੀ ਪਾਰਟੀ ਬਹੁਤ ਐਮ ਹੈ ਜਲੰਧਰ ਦੀ ਚੋਣ ਇਹਨਾਂ ਦਾ ਦੂਜਾ ਇਮਤਿਹਾਨ ਹੈ ਪਹਿਲੇ ਜਿੱਤਾਏ ਫੇਲ ਹੋਗੇ ਜੀ ਸਰਕਾਰ ਬਣਨ ਤੋਂ ਬਾਅਦ ਉਹ ਕਹਿੰਦੇ ਕਿ ਇੱਕ ਪਾਸੇ ਕਾਲੀ ਦਲ ਹੈ ਉਹਨੇ ਬਸ ਪਾ ਤੇ ਜ਼ਿੰਮੇਵਾਰੀ ਪਾਤੀ ਆਪ ਲੁਕਵੇਂ ਤਰੀਕੇ ਦੇ ਨਾਲ ਵਿੱਚੋਂ ਨਿਕਲਣਾ ਚਾਹੁੰਦੇ ਆ ਕਿਉਂਕਿ ਪਤਾ ਹੈ ਅਸੀਂ ਜਿੱਤ ਨਹੀਂ ਸਕਦੇ ਲੋਕਾਂ ਨੇ ਸਾਨੂੰ ਪਾਸੇ ਕਰਤਾ ਉਹ ਸੀਟ ਤੇ ਉਹ ਕਹਿੰਦੇ ਜ਼ਿਆਦਾਤਰ ਕਾਂਗਰਸ ਜਿੱਤਦੀ ਰਹੀ ਹੈ ਨਵਜੋਤ ਸਿੱਧੂ ਦੇ ਬਾਹਰ ਆਉਣ ਤੋਂ ਬਾਅਦ ਕਾਂਗਰਸ ਵੀ ਮੰਡੀ ਦਿਖਾਈ ਦੇ ਰਹੀ ਹੈ ਉਹ ਕਹਿੰਦੇ ਕਾਂਗਰਸ ਨੂੰ ਅਜੇ ਨਵਜੋਤ ਸਿੱਧੂ ਦੀ ਲੋੜ ਹੈ ਜਿਸ ਤਰ੍ਹਾਂ ਉਹ ਡਟੇ ਹੋਏ ਨੇ ਪਰ ਕਾਂਗਰਸ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਸਾਰੇ ਦਾਵੇਦਾਰ ਨੇ ਤੇ ਸਿੱਧੂ ਮੁੱਖ ਮੰਤਰੀ ਬੰਨਾ ਚਾਹੁੰਦੇ ਨੇ ਇੱਕ ਤੋਂ ਵੱਧ ਦਾਵੇਦਾਰ ਨੇ ਉਹਨਾਂ ਦਾ ਕਹਿੰਦੇ ਭਾਜਪਾ ਬਾਰੇ ਉਹਨਾਂ ਨੇ ਕਿਹਾ ਭਾਜਪਾ ਨੇ ਵੀ ਆਪਣੇ ਆਪ ਨੂੰ ਦਲਿੰਦਰ ਚੋੜਾ ਵਿੱਚ ਜਿਸ ਤਰ੍ਹਾਂ ਦਾ ਕੀਤਾ ਉਹ ਸਭ ਦੇ ਸਾਹਮਣੇ ਹੈ ਅਕਾਲੀ ਦਲ ਪ੍ਰਤੀ ਉਹਨਾਂ ਨੇ ਇੱਕ ਹੋਰ ਤਿੱਖੀ ਟਿੱਪਣੀ ਕੀਤੀ ਅਸ ਵੇਲੇ ਅਕਾਲੀ ਦਲ ਨਫ਼ਰਤ ਦਾ ਪਾਤਰ ਹੈ ਲੋਕੋ ਨੂੰ ਬੂਰ ਪਾ ਨਹੀਂ ਰਹੇ ਅਕਾਲੀ ਦਲ ਦੇ ਪਤਨ ਨੂੰ ਦੇਖ ਕੇ ਉਹ ਕਹਿੰਦੇ ਅਕਾਲੀ ਦਲ ਨਹੀਂ ਇਹ ਪਤਨ ਨੂੰ ਉਹਦੇ ਨੂੰ ਦੇਖ ਕੇ ਜਿਹੜਾ ਅਸਲੀ ਅਕਾਲੀ ਆ ਹਰੇਕ ਹੀ ਦੁਖੀ ਹੈ ਅਸੀਂ ਵੀ ਦੁਖੀ ਹਾਂ ਅਕਾਲੀ ਦਲ ਮਾੜਾ ਨਹੀਂ ਉਹ ਇੱਕ ਪਰਿਵਾਰ ਮਾੜਾ ਹੈ ਜਿਹੜਾ ਅਮਰਬੇਲ ਵਾਂਗੂ ਇਸ ਦੇ ਉੱਤੇ ਛਾਇਆ ਹੋਇਆ ਹੈ ਔਰ ਉਹਨੇ ਅਕਾਲੀ ਦਲ ਦਾ ਨੁਕਸਾਨ ਕੀਤਾ ਹੈ ਅਕਾਲੀ ਦਲ ਨੂੰ ਸੋਚਣਾ ਚਾਹੀਦਾ ਅਕਾਲੀ ਦਲ ਬਾੜਾ ਨਹੀਂ ਜੇ ਇਹ ਪਰਿਵਾਰ ਪਾਸੇ ਹੋ ਜਾਵੇ ਤਾਂ ਬਹੁਤ ਸਾਰੇ ਜਿਹੜੇ ਹੋਰ ਅਕਾਲੀ ਆਗੂ ਨੇ ਉਹ ਇੱਕ ਮੰਚ ਤੇ ਇਕੱਠੇ ਹੋ ਸਕਦੇ ਨੇ ਜੀ ਬਠਿੰਡਾ ਦੇ ਇੱਕ ਹਸਪਤਾਲ ਦੇ ਵਿੱਚ ਝਗੜਾ ਹੋਇਆ ਢਿੱਲੋ ਸਾਹਿਬ ਤੇ ਕਰਮਚਾਰੀਆਂ ਵੱਲੋਂ ਹਸਪਤਾਲ ਨੂੰ ਤਾਲਾ ਲਗਾ ਦਿੱਤਾ ਗਿਆ ਜੀ ਇਹਦਾ ਕਾਰਨ ਇਹ ਹੈ ਕਿ ਉੱਥੇ ਕੋਈ ਮਰੀਜ਼ ਆਇਆ ਸੀ ਔਰ ਇਸ ਵੇਲੇ ਉਹਦਾ ਕਿਸੇ ਡਾਕਟਰ ਦੇ ਨਾਲ ਲੜਾਈ ਹੋ ਗਈ ਜੀ 6:00 ਵਜੇ ਪੁਲਿਸ ਕੋਲ ਸ਼ਿਕਾਇਤ ਕੀਤੀ ਉਹਨਾਂ ਨੇ ਉਲਟਾ ਡਾਕਟਰ ਤੇ ਹੀ ਪਰਚਾ ਦਰਜ ਕਰ ਦਿੱਤਾ ਇਹ ਤਾਂ ਪੁਲਿਸ ਦੱਸੇਗੀ ਕਿ ਡਾਕਟਰ ਤੇ ਪਰਚਾ ਦਰਜ ਕਿਉਂ ਕੀਤਾ ਹੈ ਜੀ ਕਿਉਂਕਿ ਉਹਨਾਂ ਦੀ ਜਾਂਚ ਦੇ ਵਿੱਚ ਪਤਾ ਲੱਗੇਗਾ ਕਿ ਉਹ ਪਰਚਾ ਸਹੀ ਹੈ ਗਲਤ ਹੈ ਇਹਨੂੰ ਰੱਦ ਕਰਾਉਣ ਦੇ ਮਾਮਲੇ ਨੂੰ ਲੈ ਕੇ ਹਸਪਤਾਲ ਸਟਾਫ ਨੇ ਹੜਤਾਲ ਕਰਤੀ ਗੇਟ ਨੂੰ ਜਿੰਦਰਾ ਮਾਰਤਾ ਜਿਹੜਾ ਮਾਤਰਤ ਮਾਤਰ ਉੱਥੇ ਦਵਾਈ ਵਗੈਰਾ ਲੈਣ ਗਿਆ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਦਵਾਈ ਮਿਲ ਨਹੀਂ ਰਹੀ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਕਰਤੀ ਜਾਂਦੀ ਹੈ ਕਿ ਪ੍ਰਸ਼ਾਸਨ ਦਖਲ ਦੇ ਕੇ ਤੁਰੰਤ ਹਸਪਤਾਲ ਤੇ ਕਰਮਚਾਰੀਆਂ ਦਾ ਸਮਝੌਤਾ ਕਰਾਵੇ ਜੀ ਬਠਿੰਡਾ ਜੇਲ ਇੱਕ ਵਾਰ ਮੁਰਤੋਂ ਚਰਚਾ ਦੇ ਵਿੱਚ ਆ ਗਿਆ ਕੈਦਿਆਂ ਵੱਲੋਂ ਵੀਡੀਓ ਬਣਾ ਕੇ ਕੈਨੇਡਾ 'ਚ ਬੈਠੇ ਆਪਣੇ ਮਿੱਤਰਾਂ ਕੋਲ ਭੇਜੀ ਗਈ ਹੈ ਜੀ ਤੇ ਉਸ ਜੋਇਲ ਹੈ ਜਿੱਥੇ ਲਾਰੈਂਸ ਬਿਸ਼ਨੋਈ ਹੈ ਜੀ ਤੇ ਜੇ ਇਹ ਉੱਥੇ ਜਾ ਸਕਦੀ ਹੈ ਇਹ ਕਹਿੰਦੇ ਸਾਡੀ ਜੇਲ ਨਹੀਂ ਸਿੱਟ ਜਾਂਚ ਕਰ ਰਹੀ ਹੈ ਕਾਦੀ ਜਾਂਚ ਕਰ ਰਹੀ ਹੈ ਉਹ ਤਾਂ ਉਹਦੇ ਕੋਲੇ ਜਾਂਦਾ ਇੱਕ ਸਪਾਈ ਜਾ ਕੇ ਪੁੱਛੇ ਹੁੰਦਾ ਇਹ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਮਾਮਲਾ ਹੈ ਕਹਿੰਦੇ ਆ ਕਿ ਸ਼ਿਵ ਕੁਮਾਰ ਜਿਹੜਾ ਉੱਥੋਂ ਦਾ ਜੇਲ੍ਹ ਸੁਪਰਡੈਂਟ ਹੈ ਉਹਨੇ ਦਰਜਨ ਦੇ ਕਰੀਬ ਬੰਦੀਆਂ ਤੇ ਹਵਾਲਾ ਦਿੱਤੀਆਂ ਖਿਲਾਫ ਕੇਸ ਦਰਜ ਕਰਾਤਾ ਕੇਸ ਜਿੱ ਤੋਂ ਪਹਿਲੇ ਹੀ ਨੇ ਨਵਾ ਕਰਾ ਦੋਗੇ ਤਾਂ ਕਿ ਫਰਕ ਪੈਣ ਇਹ ਹਵਾਲਾ ਦਿੱਤੀ ਦੇ ਮਨੀ ਪਾਰਸ ਗੁਰਜੀਤ ਸਿੰਘ ਗੁਰਵਿੰਦਰ ਸਿੰਘ ਪਪਿੰਦਰ ਕੁਮਾਰ ਹਰਦੀਪ ਸਿੰਘ ਅਰਪਾਲ ਸਿੰਘ ਰਵਾਨ ਸਿੰਘ ਨਵਤੇਜ ਸਿੰਘ ਮਨਜੀਤ ਸਿੰਘ ਰਣਜੋਤ ਸਿੰਘ ਅਰਸ਼ਦੀਪ ਤੇ ਜਸਪ੍ਰੀਤ ਸਿੰਘ ਇਹ ਕਹਿੰਦੇ ਸਟਾਫ ਨੂੰ ਮਿਲਣ ਲਈ ਆਪਸ ਵਿੱਚ ਦੀ ਉਲਝੀ ਰਹਿੰਦੇ ਨੇ ਜੀ ਤੇ ਜੇ ਪਹਿਲਾਂ ਤੋਂ ਤੁਹਾਨੂੰ ਪਤਾ ਵੀ ਇਹ ਉਲਝਦੇ ਰਹਿੰਦੇ ਆ ਇਹਨਾਂ ਨੂੰ ਅਡਾ ਅਡਾ ਕਰ ਦਿਓ ਪਤਾ ਲੱਗਾ ਕਿ ਗਨੇਟਾ ਬੈਠੇ ਦੋਸਤ ਗੁਰਪ੍ਰੀਤ ਨੂੰ ਭੇਜ ਦਿੱਤ ਕਾ ਵੀਡੀਓ ਬਣਾ ਕੇ ਤੇ ਜਿਹੜੀ ਗੱਲ 2 ਦਿਨ ਪਹਿਲਾਂ ਨਵਜੋਤ ਸਿੱਧੂ ਕਹਿ ਕੇ ਆਇਆ ਕਿ ਹਾਈ ਪਾਵਰ ਜੇਲ੍ਹ ਦੇ ਵਿੱਚ ਇੱਕ ਜੈਮਰ ਲਾ ਦੋ ਸੈਟੇਲਾਈਟ ਜੈਮਰ ਔਰ ਬਠਿੰਡਾ ਕਪੂਰਥਲਾ ਇੱਕ ਦੀ ਜੇਲ੍ਹ ਹੋਰ ਆ ਫਰੀਦਕੋਟ ਇਹ ਵਾਰ-ਵਾਰ ਚਰਚਾ ਚ ਕਿਉਂ ਆਉਂਦੀਆਂ ਨੇ ਉਹਦੇ ਖਲਾਸੇ ਵੀ ਨਵਜੋਤ ਸਿੱਧੂ ਨੇ ਸਿੱਧੂ ਮੂਸੇ ਵਾਲੇ ਦੇ ਪਿੰਡ ਚ ਕਰਤੇ ਕਿ ਜੇਲਾ ਨਹੀਂ ਵਪਾਰ ਦਾ ਟੰਗਾ ਹੈ 10 ਰੁਪਏ ਦੀ ਜ਼ਰਦੀ ਦੀ ਪੂਰੀ 2000 ਚ ਮਿਲਦੀ ਹੈ ਉਹ ਕੌਣ ਕਰਦਾ ਹੈ ਜੀ ਜੇ ਹਰਪ੍ਰੀਤ ਸਿੰਘ ਸਿੱਧੂ ਵਰਗਾ ਏਡੀਜੀਪੀ ਜ਼ਿਲ੍ਹਾ ਨਹੀਂ ਕਾਬੂ ਕਰ ਸਕਿਆ ਜਿਹੜਾ ਆਪਣੇ ਕੰਮ ਕਾਜ ਦੇ ਵਿੱਚ অতি ਸਖਤ ਮੰਨਿਆ ਜਾਂਦਾ ਹੈ ਤੇ ਫਿਰ ਜ਼ਿਲ੍ਹਾ ਵਾਰ-ਵਾਰ ਦੇ ਵਿੱਚ ਚਰਚਾ ਦਾ ਉਹਨਾਂ ਖਾਸ ਕਰ ਬਠਿੰਡਾ ਜੇਲ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਉਸੇ ਜੇਲ ਦੇ ਵਿੱਚ ਲਾਰਾ ਸਬਮਿਸ਼ਨ ਹੋਈ ਹੈ ਤੇ ਫਿਰ ਲਾਰਾ ਸਬਮਿਸ਼ਨ ਉਹੀ ਵਾਸਤੇ ਉੱਥੇ ਇਹ ਜੇਲ੍ਹ ਵਰਤਨਾ ਕਿੱਡਾ ਕੌਖਾ ਕੰਮ ਹੋ ਗਿਆ ਇੱਥੇ ਕਹਿੰਦੇ ਆ ਕਿ ਕੋਈ ਵੀ ਚੀਜ਼ ਹੈ ਉਹਦਾ ਮੁੱਲ ਹੈ ਬਕਾਊ ਹੈ ਤੇ ਉਹਨੂੰ ਕਿਵੇਂ ਕਰਨਾ ਹੈ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੀ ਸੋ ਦੁਬਾਰਾ ਚਰਚਾ ਦਾ ਆਉਣਾ ਪੰਜਾਬ ਸਰਕਾਰ ਲਈ ਹੱਥ ਨਾਲ ਹੱਥ ਤੇ ਬੈਠਣ ਦਾ ਮੌਕਾ ਨਹੀਂ ਹੁਣ ਜੇਲਾ ਮੁੱਖ ਮੰਤਰੀ ਸਾਹਿਬ ਕੋਲ ਪਹਿਲਾਂ ਤਾਂ ਮੰਨਿਆ ਵੀ ਕਿ ਮੰਤਰੀ ਦਾ ਕੋਈ ਹੋ ਸਕਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਆਵਦਾ ਭਾਰ ਘਟਾ ਕਰਕੇ ਇਹ ਮਹਿਕ ਵੀ ਕੁਝ ਹੋਰਾਂ ਨੂੰ ਦੇਣੇ ਚਾਹੀਦੇ ਆ ਜੀ ਮੰਤਰੀ ਬਲਜੀਤ ਕੌਰ ਵੱਲੋਂ ਆਂਗਣਵਾੜੀ ਦੇ ਵਿੱਚ ਦਾਖਲੇ ਲਈ ਬੱਚਿਆਂ ਨੂੰ ਐਡਮਿਸ਼ਨ ਕਰਾਉਣ ਵਾਸਤੇ ਇੱਕ ਜਾਗਰੂਤ ਲਹਿਰ ਪੈਦਾ ਕੀਤੀ ਗਈ ਹੈ ਜੀ ਆ ਉਹਨਾਂ ਨੇ ਦੀ ਆਂਗਣਵਾੜੀ ਵਰਕਰ ਉੱਥੇ ਕੰਮ ਕਰਦੀਆਂ ਨੇ ਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੂੰ ਆਖਿਆ ਕਿ ਤੁਸੀਂ ਅੱਗੇ ਜਾਓ ਜੀ ਅਤੇ ਉਥੇ ਆਂਗਣਵਾੜੀ ਕੇਂਦਰਾਂ ਦੇ ਵਿੱਚ ਬੱਚਿਆਂ ਨੂੰ ਪ੍ਰਤੀਕਰਾਉ ਜੀ ਉਥੇ ਕਹਿੰਦੇ ਜੀ ਉਹਨਾਂ ਦੇ ਮਾਨਸਿਕ ਵਿਕਾਸ ਲਈ ਖਰੌਣਿਆਂ ਤੇ ਹੋਰ ਰੋੜੋਈ ਦਾ ਸਾਮਾਨ ਹੈ ਜਿਹੜਾ ਭੇਜਿਆ ਜਾ ਰਿਹਾ ਹੈ ਡਾਕਟਰ ਬਲਜੀਤ ਕੌਰ ਜੀ ਕਦੇ ਸਰਕਾਰ ਦੀ ਸਵੱਲੀ ਨਜ਼ਰ ਉਹਨਾਂ ਆਂਗਣਵਾੜੀ ਵਰਕਰਾਂ ਤੇ ਵੀ ਕਰੋ ਜਿਨ੍ਹਾਂ ਦਾ ਬੇਤਨ ਕਈ ਬੇਲੜਾਂ ਨਾਲੋਂ ਕਿਤੇ ਘੱਟ ਹੈ ਉਹਨਾਂ ਦਾ ਬੇਤਨ ਦਾ ਵੀ ਖਿਆਲ ਰੱਖੋ ਉਹ ਬਜਟ ਵੀ ਵਧਾਓ ਮੁਕਤ ਕੋਰੀਆਂ ਛਡਾਓ ਔਰ ਜਦੋਂ ਤੁਸੀਂ ਮੁਕਤ ਕੋਰੀਆਂ ਛਡਾਉਂਗੇ ਤੇ ਫਿਰ ਇਹ ਇਹੀ ਪੈਸਾ ਕਿਸੇ ਚੰਗੇ ਕੰਮ ਤੇ ਲੱਗੇਗਾ ਸੋ ਕਿਹਾ ਇਹ ਉਹਨਾਂ ਨੇ ਇਹਦਾ ਕੀ ਸਿੱਟਾ ਨਿਕਲਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜੀ ਮਨੀਸ਼ ਸ਼ੋਧਿਆ ਦੀ ਜ਼ਮਾਨਤ ਤਰਜੀਹ ਨੂੰ ਲੈ ਕੇ ਹਾਈ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗੇ ਜੀ ਬਿਲਕੁਲ ਜੀ ਮਨਜੀਤ ਸ਼ੋਧਿਆ ਨੇ ਉਹ ਇੱਕ ਵਾਰ ਫੇਰ ਹਾਈ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਅਰਜੀ ਦਇਾਲ ਕੀਤੀ ਹੈ ਜੀ ਉੱਥੇ ਉਹਨਾਂ ਨੇ ਦਾਖਲ ਕੀਤੀ ਹੈ ਸੀਬੀਆਈ ਨੂੰ ਨੋਟਿਸ ਹੋ ਗਿਆ ਅੱਜ 6 ਤਰੀਕ ਹੈ ਤੇ 14 ਦਿਨ ਪਾ ਕੇ 20 ਅਪ੍ਰੈਲ ਨੂੰ ਇਹਦੀ ਅਗਲੀ ਪੇਸ਼ੀ ਪਾਤੀ ਹੈ ਕਿ ਸੀਬੀਆਈ ਜਵਾਬ ਦਿਓ ਉਹ ਜ਼ਮਾਨਤ ਮੰਗਦੇ ਨੇ ਉਨ੍ਹਾਂ ਦੇ ਜਵਾਬ ਤੋਂ ਬਾਅਦ ਹੀ ਜਿਹੜਾ ਹੈਗਾ ਮਨਜੋਗ ਅਦਾਲਤ ਕੋਈ ਫੈਸਲਾ ਕਰੇਗੀ ਇੱਕ ਵਾਰ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਪਾ ਦਿੱਤੀ ਜੀ ਅੱਜ ਦੇ ਪਰ ਉਹਨਾਂ ਦੇ ਵਿੱਚ ਆਨੇ ਟਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ